بسم الله الرحمن الرحیم. السلام علیکم، یک نبدو و یک نستعین. جی اج بار نکلے، اج 14 اگست، ٹائم ہو گیا تقریباً 14 اگست. کس طرح مڑے بنانے، کہڑے طریقے نال بنانے، وہ بھی تسا کچھ کر سکتے، لیکن اس تو پہلے جلے ہاں اپنے جڑے دو سنگی، انہوں نے پتا کرنے اس طرح کمے پر کم کے لے چھوڑنے، پھر اس تو بعد جلے دے 14 اگست بنانے ہاں، ਪਾਕਿਸਤਾਨ ਇੰਡੀਪੈਂਡੈਂਸ ਡੇ ਕਿਸ ਤਰ੍ਹਾਂ ਬਣਾਇਆ ਜਾਣਾ UK ਵਿੱਚ, ਉਹ ਤੁਸੀਂ ਕੀ ਦੱਸ ਰਹੇ ਹਾਂ। ਹੁਣ ਬਹਿਣੇ ਹਾਂ ਗੱਡੀ 'ਚ, ਜੁੜਨੇ ਹਾਂ, ਤੱਕਣੇ ਹਾਂ, ਸੰਗੇ ਮਾੜੇ ਕੁਦਰੇ ਕੇਲਾ ਕੰਮ ਖਤਮ ਕਰਨਾ ਨੇ, ਕੰਮੇ ਪਰੇ ਜਾਂ ਕੁਥਾ ਡਿਲੀਵਰੀ ਪਰ ਗਏ ਵੀ ਹੋਏ। ਅਗਰ ਡਿਲੀਵਰੀ ਪਰ ਗਏ ਵੀ ਹੋਏ ਤਾਂ ਉਹਨਾਂ ਨੂੰ ਥੋੜ੍ਹਾ ਇੰਤਜ਼ਾਰ ਕਰੀ ਨਹੀਂ ਸਾਂ, ਉਹ ਪਹਿਲੇ ਉਹਨਾਂ ਕੀ ਮਿਲਣੇ ਹਾਂ, ਉਹਨਾਂ ਕੋਲ ਪੁੱਛਦੇ ਹਾਂ, ਕੋਈ ਸਲਾਹ ਮਸ਼ਵਰਾ ਕਰਨੇ ਹਾਂ ਕਿਹੜੇ ਪਾਸੇ ਜੁੜੀ ਹੈ ਜੀ। ਤਾਂ ਕਿਸੇ ਕਹਿੰਦੇ ਹੋ ਸਰ ਜੀ, ਮਾੜੇ ਪਿੱਛੇ ਸ਼ੌਕ ਸਾਹਿਬ ਤਾਂ ਤਿਆਰ ਹੋਈ ਸੀ ਆਉਣੀ ਦਾ ਬਾਹਰ ਖੱਲੀ ਰਹੀ, ਤਾਂ ਨੌਵੀਂ ਸਾਹਿਬ ਨਾਲ ਇੰਤਜ਼ਾਰ ਹੈ, ਨੌਵੀਂ ਸਾਹਿਬ ਅੱਛਾ ਹੁਣ ਫਿਰ ਮੁੜੇ ਆਉਣੇ ਨੇ, ਅੱਜ ਤੁਸੀਂ ਪਤਾ ਹੀ ਆ, ਨੋਰਮਲੀ ਅਸੀਂ ਪਾਰਕੇ ਵੋਕ ਕਰਨੇ ਤਾਂ ਜਾਣੇ ਹੋਣੇ, ਅੱਜ ਪਾਰਕੇ 'ਚ ਵੀ ਨਾ ਜਾਣੇ, ਕੋਈ ਆਉਣੇ ਮੂਡ ਕੋਲ ਨਹੀਂ ਵੋਕ ਕਰਨੇ ਨਾ, ਮਾਰਨੇ ਆ ਰੈਸਟ, ਅੱਜ ਇੰਜੋਏ ਕਰਨੇ ਆ। ਨੋਮਿੰਟਨ ਰੋਡ ਉਹ ਬਣਾਉਣੇ ਆ ਜਸ਼ਨ 14 ਅਗਸਤ। ਕਿਸ ਤਰੀਕੇ ਨਾਲ ਬਣਾਇਆ ਜਾਣਾ, ਕੈਸੇ ਬਣਾਇਆ ਜਾਣਾ UK ਦੇ ਅੰਦਰ, ਇਹ ਤੁਸੀਂ ਕੀ ਅੱਜ ਨੋਮਿੰਟਨ ਰੋਡ ਹੈ ਬਰਜੁਲੀ ਤਾਂ ਦੱਸ ਰਹੇ ਹਾਂ। ਤਾਂ ਨੌਵੀਂ ਸਾਹਿਬ ਅੱਛਾ ਹੁਣ ਨੌਵੀਂ ਸਾਹਿਬ ਵਾਲੇ ਤਿਆਰ ਹੋ ਰਹੇ, ਕੰਗੀ ਛੰਗੀ ਮਾਰ ਹੀ ਰਹੇ, ਮੂੰਹ ਹੱਥ ਧੋਏ ਰਹੇ ਨੇ, ਕਿਉਂਕਿ ਉਹ ਮੁੰਡਾ ਕਾਫੀ ਮਿਹਨਤੀ ਹੈ। ਅੱਛਾ ਤਾਂ ਫਿਰ ਮਿਲਣੇ ਆ ਉਹਨਾਂ ਨਾਲ, ਮੈਂ ਤਾਂ ਕੋਈ ਸਾਡਾ ਯਾਰੋ ਸਾਹਿਬ ਮੈਂਬਰ ਆਫ ਸਟਾਫ ਆਫ ਪਾਕ ਕੇਟਰਿੰਗ ਔਨ ਇਸ ਸਕੂਟੀ ਸੈੱਟ ਕਰੀ ਰਿਹਾ ਮੁੰਡਾ, ਮੈਂ ਤਾਂ ਜਾ ਰਿਹਾ ਜੀ। ਕੋਈ ਆ ਮਾਸ਼ਾਅੱਲਾ ਤਾਂ ਕੋਈ, ਸਾਡੇ ਨੌਵੀਂ ਸਾਹਿਬ ਵੀ ਤਿਆਰ ਸਾਲ ਹੋ ਗਏ, ਆਈ ਗਏ, ਸ਼ਰਟ ਪੈਂਟ ਲਾਈ ਦੇ, ਮੂੰਹ ਹੱਥ ਧੋਈ ਦੇ, ਬਿਲਕੁਲ ਸਿੰਗਲ ਪਸਲੀ, ਖਾਣੇ ਪੀਣੇ ਆਇਆ ਕੋਈ ਨਹੀਂ, ਖੁੱਲ੍ਹਾ ਖਾਣਾ ਇਹਨਾਂ ਕੋਲ ਹੋਣਾ, ਕੋਈ ਬੰਦਾ ਰਹੀ ਦਾ ਖਾਣਾ ਵੀ ਕੋਈ ਜਾਣ ਛਾਣ ਬਣਾਉਣਾ ਪਰ ਨਹੀਂ। ਮੈਂ ਤਾਂ ਕੋਈ ਮੁੰਡੇ ਝੰਡੇ ਝੰਡੇ ਤਾਂ ਥੱਲੇ ਕਰੀ ਜੋੜੇ, ਨੌਮੀਟਰ ਰੋਡ 'ਤੇ ਹੁਣ ਥੋੜ੍ਹੀ ਬਿਤ ਦੇਰੀ ਬਾਅਦ ਸ਼ੁਗਰ ਮੇਲਾ ਵੀ ਭਖ ਸੀ, ਇੱਕ ਝੰਡਾ ਇੱਧਰ ਹੈ, ਇੱਕ ਉੱਧਰ ਪਾਰ ਲਾਏ ਵਾਲੇ, ਉਹਦਾ ਸੇ ਉੱਧਰ ਵੀ ਰੋਡੋ ਪਾਰ।
ਮੈਂ ਤਾਂ ਕੋਈ ਕੋਚ JKT ਇੰਟਰਨੈਸ਼ਨਲ ਗੱਡੀਆਂ ਪਰ ਲੱਗ ਗਏ ਸਾਰੇ ਚੱਲੀ ਰਹੇ ਲਾਏ ਲਾਏ ਪਾਕਿਸਤਾਨ ਕਾ ਬੰਦਾ ਕਿਆ ਲਾ ਇਲਾਹਾ ਇਲੱਲਾ ਦਸਤੂਰ ਏ ਰਿਆਸਤ ਕਿਆ ਹੋਗਾ ਮੁਹੰਮਦ ਰਸੂਲੁੱਲਾ ਜੀਵੇ ਜੀਵੇ ਪਾਕਿਸਤਾਨ ਜੀਵੇ ਜੀਵੇ ਪਾਕਿਸਤਾਨ ਇਮਰਾਨ ਖਾਨ ਤੇਰੇ ਜਾਨ ਬੇਸ਼ੁਮਾਰ ਬੇਸ਼ੁਮਾਰ ਇਨਸ਼ਾਅੱਲਾ ਨਾਰੇ ਕਾਦੀਆਨੀਆਂ ਦੇ ਨਾਰੇ ਬੇਸ਼ੁਮਾਰ ਇਹ ਕੰਮ ਤਾਂ ਕੋਈ ਰੋਡਾਂ ਨੇ ਵਿਚਕਾਰ ਖਲਾਓ ਨਾ ਗੱਡੀ ਆਓ ਨਾ ਠੀਕ ਹੈ ਓਕੇ ਬਦਰੋ ਪਾਕਿਸਤਾਨ ਹੈ ਮੈਂ ਵੀ ਪਾਕਿਸਤਾਨ ਵੀਡੀਓ ਬਣਾ ਰਿਹਾ
اللہ تعالیٰ فلسطین کے جیسا کسی ملک پہ عذاب نہ آئے، اللہ تعالیٰ فلسطین کی حفاظت فرما، اللہ تعالیٰ فلسطین کے مسلمانوں کو اس پریشانی سے، اس جنگ و جدل کے دور سے محفوظ فرما، اللہ تعالیٰ ہمارے اسی موقع پہ ہم تمام لوگ ایک بار پھر اکٹھا ہوں گے، پاکستان زندہ باد۔ دا
10 ਬਣ ਚੁੱਕੇ ਨੇ ਜੀ। ਉਮੀਦ ਆ ਜੀ ਨੀ ਵੀਡੀਓ ਤੁਹਾਨੂੰ ਪਸੰਦ ਆਈ ਹੋਸੀ, ਪਸੰਦ ਆਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰੀ ਜੋੜੋ ਤੁਸੀਂ ਮੇਰਾ। ਅਗਲੇ ਵਲੌਗ ਚ ਇਸ ਦਿਨ ਦੇਰ ਤੱਕ ਆਪਣਾ ਖਿਆਲ ਰੱਖੇ ਮਾੜਾ ਉਸੇ ਦੁਆ ਕਰੀ ਜੋੜੇ। ਅੱਲਾਹ ਹਾਫਿਜ਼।